ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਫਿਲਮਾਂ ਨੂੰ ਪ੍ਰਮੋਟ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਕਪਿਲ ਦੇ ਸ਼ੋਅ 'ਚ ਭੁਜ ਦਾ ਪ੍ਰਾਈਡ ਆਫ ਇੰਡੀਆ ਦੀ ਟੀਮ ਨਜ਼ਰ ਆਏਗੀ। ਅਜੇ ਦੇਵਗਨ, ਨੋਰਾ ਫਤਿਹੀ, ਐਮੀ ਵਿਰਕ ਤੇ ਸ਼ਰਦ ਕੇਲਕਰ ਨੂੰ ਕਪਿਲ ਦੇ ਸੈੱਟ ਦੇ ਬਾਹਰ ਦੇਖਿਆ ਗਿਆ, ਜਿੱਥੇ ਸਭ ਨੇ ਮਿਲ ਕੇ ਤਸਵੀਰਾਂ ਖਿਚਵਾਈਆਂ। ਐਮੀ ਵਿਰਕ ਦੀ ਕਪਿਲ ਦੇ ਸ਼ੋਅ ਦੇ ਵਿੱਚ ਪਹਿਲੀ ਅਪੀਅਰੈਂਸ ਹੋਏਗੀ। ਐਮੀ ਵਿਰਕ ਭੁਜ ਦਾ ਪ੍ਰਾਈਡ ਆਫ ਇੰਡੀਆ ਦੇ ਵਿੱਚ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ। ਇਸ ਪੰਜਾਬੀ ਅਦਾਕਾਰ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ। ਫਿਲਹਾਲ ਇਹ ਫਿਲਮ ਤੋਂ OTT ਪਲੇਟਫਾਰਮ ਉੱਤੇ ਰਿਲੀਜ਼ ਹੋ ਰਹੀ ਹੈ, ਪਰ ਐਮੀ ਵਿਰਕ 83 ਰਾਹੀਂ ਵੀ ਸਿਲਵਰ ਸਕਰੀਨ ਉੱਤੇ ਬਾਲੀਵੁੱਡ ਡੈਬਿਊ ਕਰਦੇ ਹੋਏ ਦਿਖਾਈ ਦੇਣਗੇ। ਭੁਜ ਦਾ ਪ੍ਰਾਈਡ ਆਫ ਇੰਡੀਆ ਦੇ ਨਾਲ ਕਪਿਲ ਸ਼ਰਮਾ ਦਾ ਇਹ ਐਪੀਸੋਡ ਬੈਲ ਬੋਟਮ ਦੀ ਟੀਮ ਤੋਂ ਬਾਅਦ ਔਨ ਏਅਰ ਹੋਏਗਾ। ਅਕਸ਼ੇ ਕੁਮਾਰ ਵੀ ਕੁਝ ਦਿਨ ਪਹਿਲਾਂ ਆਪਣੀ ਫਿਲਮ ਬੈਲ ਬੋਟਮ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਪਹੁੰਚੇ ਸੀ। ਅਕਸ਼ੇ ਕੁਮਾਰ ਤੋਂ ਬਾਅਦ ਅਜੇ ਦੇਵਗਨ ਐਂਡ ਟੀਮ ਕਪਿਲ ਦੇ ਸ਼ੋਅ ਦੇ ਵਿੱਚ ਚਾਰ ਚੰਨ ਲਗਾਉਂਦੇ ਨਜ਼ਰ ਆਉਣਗੇ।